ਇੱਥੇ ਸਾਨੂੰ ਇੱਕ ਬਜ਼ੁਰਗ ਚੌਧਰੀ ਆਰਫ ਸਾਹਿਬ ਨੇ ਮਿਲਾਏ ਨੇ ਮਕਾਮੀ ਨੇ ਥੋਂ ਦੇ ਨੋਈ ਕੇ ਸੰਧੂਆਂ ਦੇ ਇਹ ਸੰਧੂਆਂ ਦਾ ਪਿੰਡ ਹੈ ਵੰਡ ਪੰਜਾਬ ਦੀ ਟੀਮ ਅੱਜ ਇੱਥੇ ਸੀ ਆਏ 1947 ਦੇ حوالے ਨਾਲ ਲੋਕਾਂ ਨਾਲ ਗੁਫ਼ਤਗੂ ਕਰਨ ਉਹਨਾਂ ਨੂੰ ਪੁੱਛਣ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਲੋਕ ਇੱਥੇ ਰਹਿੰਦੇ ਸਨ ਕੀ ਉਹਨਾਂ ਦਾ ਤੌਰ ਤਰੀਕਾ ਸੀ ਕਿਵੇਂ ਉਹਨਾਂ ਦੀ ਵਰਤੋਂ ਸੀ ਫਿਰ ਇੱਥੋਂ ਕਿਸ ਤਰ੍ਹਾਂ ਗਏ ਉਸ ਦੌਰ ਦੀਆਂ ਸਾਰੀਆਂ ਗੱਲਾਂ ਯਾਦਾਂ इन्हों बजुर्गों के सीने दिमाग च ने पूछ वाला कोई नहीं वडेरिया बंद गल पुछ वाला कोई नहीं दिल्ला दिमाग बड़ी कहानियाँ ने चलो अल्लाह तला ने सू तफीक दी है असि ये फरीजे को अंजाम दे रहे हैं कि आने वाली नस्लों वास्तव महफूज हो जाए उन्नीस सौ संताली सारा मामला चलो गल कर रहे हैं बुजुर्ग असला बुजुर्ग की ना है ਤੇ ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਹੈ ਜਮਾਲਦੀਨ ਜਮਾਲ ਤੁਹਾਨੂੰ ਆਪਣੇ ਦਾਦਾ ਜੀ ਦਾ ਨਾਮ ਹੀ ਹੁੰਦਾ ਜਮਾਲਦੀਨ ਵਾਹ ਵਾਹ ਤੇ ਤੁਹਾਡੀ ਉਨ عمر ਕਿੰਨੀ ਹੈ ਮੇਰੀ ਅੰਮ੍ਰਿਤ ਜੀ ਕੁਲ ਸਾਲ ਘਾਟੀ ਇਹ ਨੇ ਵਿੱਚ ਵਾਹ ਜੀ ਵਾਹ ਜੀ ਵਾਹ ਜੀ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਉਦੋਂ ਤੁਸੀਂ ਐਸੋ 14-15 ਸਾਲਾਂ ਦੇ ਆਏ ਆ ਹੋਸ਼ ਨਾ ਉਹਦੀ ਬਾਵਾ 14 ਸਾਲ ਦੇ 14 ਤੇ ਤੁਹਾਡੀ ਕੌਮ ਕੀ ਹੈ ਅਨਸਾਰੀ ਅਨਸਾਰੀ ਤੁਸੀਂ ਇੱਥੋਂ ਦੇ ਜੱਦੀ ਰਹਿਣ ਵਾਲੇ ਹਾਂ ਜੀ ਅੱਛਾ ਅੱਛਾ ਮਾਸ਼ਾਅੱਲਾ ਇਹ ਦੇਖੋ ਕੈਮਰਾ ਲਓ ਬਜ਼ੁਰਗੋ ਇੱਥੇ ਕੈਮਰਾ ਲਓ ਇੱਥੇ ਜਿੱਥੇ ਅਸੀਂ ਬੈਠੇ ਆਂ ਜੀ ਇਸ ਪਿੰਡ ਦਾ ਕੀ ਨਾਮ ਹੈ ਨੋਈ ਕੀ ਨੋਈ ਕੀ ਤੇ ਇਹਦੇ ਦੁਆਲੇ ਦੁਆਲੇ ਕੋਈ ਦੋ ਚਾਰ ਪਿੰਡ ਗਵਾਂਢੀ ਪਿੰਡ ਤੁਹਾਡੇ ਚੱਕ ਨਿਜ਼ਾਮ ਮੋਹਲ ਅੱਛਾ ਜੀ ਇਹ ਬੱਬਣ ਉਪਲਾ ਅੱਛਾ ਬੜਿਆਦਾ ਚੇਕੇ ਬੜਿਆਦਾ ਉਡੂਣ ਵਾਹ ਜੀ ਵਾਹ ਮਾਸ਼ਾਅੱਲਾ ਮਾਸ਼ਾਅੱਲਾ ਇਹ ਪਿੰਡ ਨਹੀਂ ਤੋਂ ਹੈ ਅੱਛਾ ਅੱਛਾ ਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਜੀ ਇਸ ਪਿੰਡ ਚ ਹਾਂਜੀ ਕਿਹੜੀਆਂ ਕਿਹੜੀਆਂ ਕੌਮਾਂ ਤੇ ਬਰਾਦਰੀਆਂ ਰਹਿੰਦੀਆਂ ਸਨ ਸਾਰੇ ਲੋਕ ਜੀ ਰਹਿੰਦੇ ਹਨ ਇੱਥੇ ਅੱਛਾ ਸਿੱਖ ਵੀ ਰਹਿੰਦੇ ਹਨ ਸਿੱਖ ਵੀ ਰਹਿੰਦੇ ਸਨ ਕਿੰਨੇ ਕੁ ਘਰ ਸਨ ਸਿੱਖਾਂ ਦੇ ਸਿੱਖ ਕੋਈ ਨਹੀਂ ਸੀ ਜੀ ਇੱਥੇ ਅੱਛਾ ਰਹਿੰਦੇ ਅਸਾਂ ਕੋਈ ਨਵੇਂ ਬਣੇ ਸਨ ਨਵੇਂ ਬਣੇ ਸਨ ਇੱਕ ਮਿੰਟ ਆ ਉਹ ਕਿੰਨੇ ਕੁ ਬਣੇ ਸਨ ਪੰਜ 6 ਮੁੰਡੇ ਸਨ ਜੀ

ਉਹਨਾਂ ਦੇ ਕੋ ਨਾਂ ਯਾਦ ਨਹੀਂ ਤੁਹਾਨੂੰ ਉਹ ਯਾਦ ਨੇ ਜੀ ਜੀ ਦੱਸੋ ਪਿਆਰਾ ਸਿੰਘ ਜੀ ਕਰਤਾਰ ਜੀ ਇਹ ਦਵਾਨ ਦੀਵਾਨ ਸਿੰਘ ਹਾਂ ਜੀ ਅੱਛਾ ਤੇ ਇਸਾ ਕਹ ਗਈ ਚਾਰ ਪੰਜ ਚਾਰ ਪੰਜ ਤੇ ਜਿਹੜੇ ਮੋਨੇ ਸਨ ਮੋਨੇ ਉਹਦੇ ਬੇਬਾ ਜੀ ਸਨ ਉਹ ਕਿੰਨੇ ਕੁ ਸਨ ਕਾਫੀ ਜੀ ਅੱਛਾ ਜੀ ਹਾਂ ਉਹ ਕੁਰਬਾਨੀ ਸ਼ਮਈ ਦਾ ਗੋਸ਼ ਖਾਂਦੇ ਹਾਂ ਜੀ ਜਿਹੜੇ ਮੋਨੇ ਸਨ ਮੋਨੇ ਸਿੱਖ ਹਾਂ ਜੀ ਹੈ ਸਾਰੇ ਸੰਧੂ ਸਨ ਅੱਛਾ ਉਹ ਜਿਹੜੇ ਮੋਨੇ ਸਨ ਜੀ ਉਹਨਾਂ ਚੋਂ ਕੋਈ ਜਿਹੜਾ ਬੰਦਾ ਸਿਰ ਕੱਢਵਾ ਹਾਂ ਜੀ ਸਿਰ ਕੱਢਵਾ ਹਾਂ ਜੀ ਤੁਰਨ ਸੇਤੀ ਜੀ ਤਗੜਾ ਆਦਮੀ ਜੀ ਉਹਦਾ ਕੋ ਨਾਂ ਯਾਦ ਹੈ ਤੁਹਾਨੂੰ ਇਸੇ ਜੀ ਬਾਬਾ ਸਲਖਣ ਹੋਇਆ ਪੈਦਾ ਬਾਬਾ ਸਲਖਣ ਅਸਾਂ ਅਸਾਂ ਵੇਖਿਆ ਅੱਛਾ ਅਸਾਂ ਉਹ ਜੀਆਂ ਗੱਲਾਂ ਨਹੀਂ ਸੁਣੀਆਂ ਕਿਉਂਕਿ ਅਸੀਂ ਆਣੇ ਸਾਂ ਅੱਛਾ ਤੁਸੀਂ ਵੇਖਿਆ ਨਹੀਂ ਵੇਖਿਆ ਵੇਖਿਆ ਹਾਂ ਤੇ ਚੰਗਾ ਲੋਕ ਸੀ ਉਹ ਅੱਗੋਂ ਨੰਬਰਦਾਰ ਆਇਆ ਫਿਰ ਉਹਨਾਂ ਨੂੰ ਨੰਬਰਦਾਰੀ ਮਿਲ ਗਈ ਬਾਬੇ ਸਲਖਣ ਦੀ ਔਲਾਦ ਨੂੰ ਨੰਬਰਦਾਰੀ ਮਿਲ ਗਈ ਹਾਂ ਅੱਛਾ ਨੰਬਰਦਾਰ ਫਿਰ ਰਹੇ ਨੇ ਜੀ ਉਹ ਉਹੀ ਰਹੇ ਨੇ ਨੰਬਰਦਾਰ ਅੱਛਾ ਹਾਂ ਇੱਥੇ ਦਾਰਾ ਆਇਆ ਸੀ ਹਾਂ ਜੀ ਦਾਰਾ ਦਾਰਾ ਐਸੀ ਜੀ ਪਹਿਲਾਂ ਜੇ ਮਸਜਿਦ ਦੇ ਕੋਲ ਮਸਜਿਦ ਹਾਂ ਮਸਜਿਦਾਂ ਕਿੰਨੀਆਂ ਸਨ ਪਾਕਿਸਤਾਨ ਬਣਨ ਤੋਂ ਪਹਿਲਾਂ ਪਹਿਲਾ ਜੀ ਗਉਸ਼ੀਆ ਚੇਕ ਜੁਮਾ ਮਹਜਲ ਅੱਛਾ ਜ਼ਿਆਦਾਤਰ ਇਹ ਹੀ ਸਨ ਗੁਰਦੁਆਰਾ ਵੀ ਐਸੀ ਗੁਰਦੁਆਰਾ ਵੀ ਐਸੀ ਮੰਦਿਰ ਵੀ ਐਸੀ ਮੰਦਿਰ ਵੀ ਐਸੀ ਤੇ ਬਜ਼ੁਰਗੋ ਇੱਥੇ ਖੱਤਰੀਆਂ ਦੀਆਂ ਦੁਕਾਨਾਂ ਵੀ ਸਨ ਆਹ ਬੜੀਆਂ ਸਾਰੀਆਂ ਦੀਆਂ ਖੱਤਰੀਆਂ ਇਹ ਸਨ ਕਿੰਨੀਆਂ ਕੋ ਦੁਕਾਨਾਂ ਸਨ ਦੁਕਾਨਾਂ ਜੀ ਆਹ ਕੋਈ 20 30 ਸਮਝ ਲੋ ਅੱਛਾ ਐਡਾ ਬਾਜ਼ਾਰ ਸੀ ਹਾਂਜੀ ਬਾਜ਼ਾਰ ਸੀ ਬਾਜ਼ਾਰ ਸੀ ਹਾਂਜੀ ਦਿਵਾਲੇ ਦੇ ਪਿੰਡ ਇਥੋਂ ਖਰੀਦਦੇ ਸਨ ਆ ਸੌਦਾ ਲਈਦੇ ਸਨ ਖੱਤਰੀਆਂ ਦੇ ਕੋਈ ਨਾਮ ਯਾਦ ਨੇ ਤੁਹਾਨੂੰ ਖੱਤਰੀ ਭਾਗਮਲ ਸੁਨਿਆਰਾ ਸੀ ਭਾਗਮਲ ਸੁਨਿਆਰਾ ਉਹ ਸੁਨਿਆਰਾ ਸੀ ਜੀ ਤੇ ਉਹਨੇ ਹੀ ਦੁੱਧ ਕੰਨਦਾ ਸਨ ਅੱਛਾ ਅਗੋ ਬਾਬਾ ਬਾਬਾ ਗਲੇ ਹੀ ਸੀ ਅੱਛਾ ਉਹਨੇ ਹੀ ਦੁੱਧ ਕੰਨਦਾ ਸਨ ਅੱਛਾ ਇਹ ਸੁਨਿਆਰੇ ਹੀ ਕੰਨਦੇ ਹਣੇ ਜੀ ਜੀ ਹਾਂਜੀ ਅੱਛਾ ਬਾਕੀ ਇਹ ਸੌਦੇਆਂ ਵਾਲੀਆਂ ਹੁੰਦੀਆਂ ਨੇ ਔਰਚੂਨ ਵਾਲੀਆਂ ਹਾਂਜੀ ਉਹਨਾਂ ਚੋਂ ਵੀ ਕਿਸੇ ਦਾ ਨਾਮ ਯਾਦ ਹੈ ਆ ਇੱਕ ਦਾ ਨਾਮ ਆਇਆ ਧਾਰੀ ਸੀ ਅੱਛਾ ਇੱਕ ਦਾ ਨਾਂ ਹੀ ਚਲੋ ਕੋਈ ਨਹੀਂ ਗੱਲ ਅੱਛਾ ਜੀ ਤੇ ਤੁਹਾਡੇ ਪਿੰਡ ਦੇ ਬਜ਼ੁਰਗੋ ਪਾਣੀ ਜਿਹੜਾ ਪਾਣੀ ਘਰਾਂ ਚ ਇਸਤੇਮਾਲ ਹੁੰਦਾ ਸੀ ਜੀ ਉਹ ਖੂਈਆਂ ਵੱਖਰੀਆਂ ਵੱਖਰੀਆਂ ਸਨ ਖੂਈਆਂ ਇਹ ਜਿਹੜੇ ਹਨ ਇਸ ਵਾਰੀਆਂ ਵੱਖੀਆਂ ਵਿੱਚ

ਕੋਲ ਕੌਡੀ ਹਾਂ ਤੇ ਯਾ ਮੈਨ ਲੱਗਦਾ ਸੀ ਬਾਬਾ ਫਲਾਈ ਉਹ ਵੀ ਤੁਹਾਡੇ ਪਿੰਡ ਸੀ ਓਏ ਸਾਡੇ ਪਿੰਡ ਦਾ ਸੀ ਉਹ 17 ਪਾਦਰੋਂ ਤੋਂ ਬਾਅਦ ਲੱਗਦਾ ਸੀ ਉਹ ਜੀ ਪਹਿਲਾਂ ਲੱਗਦਾ ਸੀ ਪਹਿਲਾਂ ਪਹਿਲਾਂ ਅੱਛਾ ਇਹੜੀ ਛੇਂਜ ਹੈ ਜੀ ਇਹਦੇ ਚ ਫਿਰ ਦੂਰੋਂ ਦੂਰੋਂ ਲੋਕ ਕੌਡੀ ਖੇਡਣ ਆਉਂਦੇ ਬੜੀ ਦੂਰ ਜੀ ਫੈਸਲਾਬਾਦੋਂ 15 ਕਿਲੋ ਅੱਛਾ ਬੜਾ ਤਗੜਾ ਕੰਮ ਸੀ ਤੁਹਾਡੇ ਪਿੰਡ ਜੀ ਵੀ ਕੋਈ ਹਿੰਦੂ ਸਿੱਖ ਮੁਸਲਮਾਨ ਕੌਡੀ ਖੇਡਣ ਆਲਾ ਆਇਆ ਸੀ ਮਸ਼ਹੂਰ ਆ ਜਾ ਆ ਜਾ ਖੂ ਸੀ ਬੁਲਵਾਣਾ ਸੀ ਮਲਵਾਨ ਰਾਜਾ ਗਫੂਰ ਅਗਲਾ ਸਹੀ ਸੀ ਅੱਛਾ ਇਹ ਝੋਲ ਛੋਲੀ ਇਹੀ ਦੇਖਦਾ ਸੀ ਅੱਛਾ ਅੱਛਾ ਹੋਰ ਕੋਈ ਨਹੀਂ ਸੀ ਤੇ ਉਹਨਾਂ இந்துਾਂ ਚੋਂ ਜਾਂ ਸਿੱਖਾਂ ਚੋਂ ਜੋ ਖੇਡਣ ਆਲਾ ਸੀ ਕੋਈ ਵੀ ਨਹੀਂ ਕੋਈ ਨਹੀਂ ਸੀ ਅੱਛਾ ਬਜ਼ੁਰਗੋ ਇਹ ਦੱਸੋ ਤੁਹਾਡੇ ਪਿੰਡ ਪਾਕਿਸਤਾਨ ਬਣਨ ਤੋਂ ਪਹਿਲਾਂ ਸਕੂਲ ਐ ਸੀ ਸਕੂਲ ਐ ਸੀ ਅੱਛਾ ਅੱਛਾ ਪ੍ਰਾਇਮਰੀ ਸਕੂਲ ਪੁਰਾਣਾ ਚੱਲਦਾ ਜੀ 5ਵੀਂ ਤੱਕ ਚੱਲਦਾ ਸੀ ਉਦੋਂ ਤੁਸੀਂ ਪੜ੍ਹੇ ਸਕੂਲ ਹਾਂ ਜੀ ਕਿੰਨੀਆਂ ਜਮਾਤਾਂ क्या जी बात है वाह माशाल्लाह ते तो आधे-आधे उस्ताद से नो दोस्त स्कूल दे जी उन अंदर को नाम याद है हाँ जी जी दसो एक ही मास्टर मेला राम सी मास्टर मेला राम आ, वो सी अच्छा ना छठे आज हम ना नहीं छठे आज हम जा रहे हैं जी छठे ने, ने डाले था अच्छा जी अच्छा। अच्छा। तो नहीं आज जा रहा है में नहीं ਹਾਂਜੀ ਉਹ ਉਹ ਇੱਕ ਮੁਹੰਮਦ ਸੈਦ ਸੀ ਰੂਪ ਦਾ ਮੁਹੰਮਦ ਹੁਸੈਨ ਰੂਪ ਦਾ ਹਾਂ ਉਹ ਤੁਹਾਡੇ ਉਹ ਅਨਸਾਰੀ ਸੀ ਉਹ ਅਨਸਾਰੀ ਸੀ ਉਹ ਤੁਹਾਡੀ ਬਰਾਦਰੀ ਸੀ ਹਾਂਜੀ ਉਹ ਤੁਹਾਡੇ ਉਸਤਾਦ ਸਨ ਜੀ ਉਦੋਂ ਉਸਤਾਦ ਬਾਲਾਂ ਨੂੰ ਕੁੱਟਦੇ ਬੜਾਉਂਦੇ ਹਣ ਆਏ ਹੋਏ ਚ ਲਿਖਦੇ ਜਿਹਾ ਸੇ ਨਾ ਤੁਸੀਂ ਤਾਂ ਨਹੀਂ ਮਾਰ ਖਾਧੀ ਨਾ ਬਸ ਚਲਦੇ ਗਿਆ ਜੀ ਕੰਮ ਤੁਸੀਂ ਹਿਯਾਰ ਤੁਸੀਂ ਹਿਯਾਰ ਤਾਲਬੇ ਲਵੋਣੇ ਹੋ ਨਾ ਤੁਸੀਂ ਹਿਯਾਰ ਹੋਣੇ ਸਿਆਣੇ ਹੋਣੇ ਅੱਛਾ ਇਹ ਬਜ਼ੁਰਗੋ ਤੁਹਾਡੇ ਨਾਲ ਫੜਨੇ ਮੁੰਡੇ ਪੜਦੇ ਸਨ ਹਿੰਦੂਆਂ ਸਿੱਖਾਂ ਦੇ ਜੀ ਉਹਨਾਂ ਦੇ ਨਾਮ ਯਾਦ ਨੇ ਹਾਂ ਜਗਰ ਸਿੰਘ ਦਾ ਇੱਕ ਜਗਰ ਸਿੰਘ ਦਾ ਬੱਚਾ ਸੀ ਉੱਥੇ ਅੱਛਾ ਜਵਾਨ ਸੀ ਅੱਛਾ ਉਹ ਪੜਦਾ ਸੀ ਉਹਦਾ ਨਾਮ ਸੀ ਕਰਤਾਰ ਕਰਤਾਰ ਜਗਰ ਸਿੰਘ ਦਾ ਪੁੱਤਰ ਸੀ ਤੁਹਾਡੇ ਨਾਲ ਪੜਦਾ ਸੀ ਹਾਂ ਜੀ ਉਹਦੇ ਖਤਰੀਆਂ ਖੁਦੀਆਂ ਵਿੱਚ ਪੜਦੇ ਹਣੇ ਕੋਈ ਹੁੰਦਾ ਨਾ ਉਹਦੇ ਚ ਖਤਰੀਆਂ ਜੋ ਕਿਸੇ ਦਾ ਅੱਛੀਆਂ ਦੇ ਦੀਨਾ ਦਾ ਹੀ ਪੜਦੇ ਸਨ ਦੀਨਾ ਨਾਥ ਖਤਰੀ ਦੇ ਮੁੰਡੇ ਤੁਹਾਡੇ ਨਾਲ ਪੜਦੇ ਸਨ ਅੱਛਾ ਅੱਛਾ ਤੇ ਹੋਰ ਬੱਚੇ ਕਈ ਪੜਦੇ ਹਨ ਕਈ ਪੜਦੇ ਹਾਂ ਜੀ ਇੱਥੇ ਤੁਹਾਡੇ ਪਿੰਡਾਂ ਦੇ ਆਲੇ ਦੁਆਲੇ ਜਾਂ ਤੁਹਾਡੇ ਪਿੰਡ ਚ ਜੀ ਕੋਈ ਚੋਰੀ ਦਾ ਚੋਰ ਡੰਗਰਾਂ ਦਾ ਚੋਰ ਦਾਡਾ ਸਾਨੂੰ ਨੇ ਜੀ ਇਹ ਬਿਚੋਰਾ ਦੀ ਵਾਕਫੇ ਨਹੀਂ ਉਦੋਂ ਡੰਗਰ ਚੋਰੀ ਦਾ ਬੜਾ ਰਵਾਜ ਹੁੰਦਾ ਸੀ ਜੀ ਉਦੋਂ ਅਸੀਂ ਸੈਂਸਰੀਆਂ ਪਾ ਲਈ ਜੀ ਕਿਤੇ ਚੋਰ ਪੈ ਗਏ ਸੈਂਸਰੀਆਂ ਪੈ ਗਏ ਅੱਛਾ ਸੈਂਸਰੀਆਂ ਪੈਂਦੇ ਸਨ ਹਾਂ ਹਾਂ ਠੀਕ ਹੈ ਅੱਛਾ ਬਜ਼ੁਰਗੋ ਜੀ ਜਦੋਂ ਇੱਥੇ ਉਹ ਰਹਿੰਦੇ ਸਨ ਜੀ ਉਦੋਂ ਮੁਸਲਮਾਨ ਬਰਾਦਰੀਆਂ ਜਿਹੜੀਆਂ ਨੇ ਮਤਲਬ ਤੁਸੀਂ ਇਨਸਾਰੀ ਹੋ ਗਏ ਕਿ ਮਿਹਾਰ ਹੋ ਗਏ ਮਲਕ ਹੋ ਗਏ ਇਹ ਐਸਨ ਸਾਰੀਆਂ ਬਰਾਦਰੀਆਂ ਸਾਂਜੀ ਸਾਰੀਆਂ ਸਨ ਮਿਸਤਰੀ ਸਨ ਜੀ ਸ਼ੇਖ ਵੀ ਸਨ ਅੱਛਾ ਇਹ ਲੋਹਤਕਾਰ ਵੀ ਸਨ ਅੱਛਾ ਹੋਰਨ ਸਾਰੀ ਬਰਾਦਰੀ ਵੀ ਸੀ ਹੋਰ ਇੱਕ ਮਿਹਾਰ ਬੇਰੇ ਜੀ ਸਨ ਅੱਛਾ ਇਹ ਸਗੋਂ ਸਾਰੀ ਬਰਾਦਰੀਆਂ ਸਨ ਸਾਰੀਆਂ ਬਰਾਦਰੀਆਂ ਅੱਛਾ ਇਹਨਾਂ ਦੇ ਮਕਾਨ ਸਿੱਖਾਂ ਦੇ ਜਾਂ ਜਿਹੜੇ ਮੋਨੇ ਹਿੰਦੂ ਸਨ ਉਹਨਾਂ ਦੇ ਪੱਕੇ ਸਨ ਜਾਂ ਕੱਚੇ ਬਾਜੀ ਬੋਝੇ ਪੱਕੇ ਸਨ ਤੇ ਕੱਚੇ ਘਟ ਸਨ ਇੱਥੇ ਵੱਡਾ ਮਕਾਨ ਜਿਹੜਾ ਉਹਨਾਂ ਸਿੱਖਾਂ ਇਹਨੂੰ ਆਂਦਾ ਜਿਹੜਾ ਵੱਡੀ ਬਿਲਡਿੰਗ ਹੋਵੇ ਤਗੜਾ ਮਕਾਨ ਹੋਵੇ ਉਹ ਕਿਦਾ ਸੀ ਉਹ ਬਾਬਾ ਖਸ਼ਾਲ ਸੀ ਬਾਬਾ ਖਸ਼ਾਲ ਸਿੰਘ ਹਾਂਜੀ ਅੱਛਾ ਉਹਨਾਂ ਦਾ ਮਕਾਨ ਸੀ ਹਾਂ ਉਹ ਮਕਾਨ ਜੇ ਕੋ ਹੈ ਉਹਦੀ ਹਾਲਤ ਕੋਈ ਹੈ ਥੋੜਾ ਬੋਧਾ ਮੌਜੂਦ ਉਹ ਜਗ੍ਹਾ ਜੇ ਇਹ ਜਗ੍ਹਾ ਜਿਹੜੇ ਲੋਕਾਂ ਜੇ ਜੁਲ ਲਈਏ ਅੱਛਾ ਤੁਹਾਨੂੰ ਤੁਹਾਨੂੰ ਇੱਥੇ ਐਸ ਪਿੰਡ ਦੇ ਨੇੜੇ ਜੀ ਤੁਹਾਡੇ ਨੇੜੇ ਐਮਨਾਬਾਦ ਹੈ ਹਾਂ ਜੀ ਉੱਥੇ ਵਿਸਾਖੀ ਦਾ ਬੜਾ ਮੇਲਾ ਲੱਗਦਾ ਸੀ ਹਾਂ ਲੱਗਦਾ ਸੀ ਇਹ ਸਰਦਾਰ ਫਿਰ ਜਾਂਦੇ ਹਨ ਉੱਥੇ ਇਹ ਜਾਂਦੇ ਹਨ ਜੀ ਉਹ ਮੁੰਡੇ ਜਿਹੜੇ ਹਨ ਪੰਜ ਚੜ੍ਹ ਉਹ ਹੀ ਜਾਂਦੇ ਹਨ ਹੋਰ ਕੋਈ ਨਹੀਂ ਜਾਂਦਾ ਹੋਰ ਕੋਈ ਤੁਸੀਂ ਕਦੀ ਗਏ ਨਾ ਉਦੋਂ ਮੈਂ ਹੀ ਗਿਆ ਹਾਂ ਬਾਅਦ ਬਾਅਦ ਮੇਲਾ ਵੇਖਣਾ ਹੁੰਦਾ ਸੀ ਅੱਛਾ ਜਦੋਂ ਪਾਕਿਸਤਾਨ ਬਣਨ ਤੋਂ ਪਹਿਲਾਂ ਹਾਂ ਮੇਲਾ ਵੇਖਣ ਗਏ ਉੱਥੇ ਹਾਂ ਗਏ ਹਾਂ ਜੀ ਇਹ ਸੁਣਿਓ ਉੱਥੇ ਲੜਬੜਾ ਪੈਂਦੇ ਹੁੰਦੇ ਹਣ ਉਹ ਜੀ ਮੈਂ ਜਿਹੜੇ ਉਸੇ ਹਕੂਕਾ ਸੀਗੇ ਤੋਂ ਹੈ ਨਾ ਉਹਨੂੰ ਪੰਜ ਚੜ੍ਹਦੇ ਹਨ ਅੱਛਾ ਪੰਜ ਚੜ੍ਹਦੇ ਸਨ ਤੇ ਡੰਗਾ ਮਾਰਦੇ ਹਨ ਆ আচ্ছা ਜੁਰਬਾ ਦੇ ਨੇੜੇ ਹੁੰਦੇ ਹੁੰਦੇ ਨੇ ਸਿੱਖ ਹੁੰਦੇ ਹੁੰਦੇ ਨੇ ਰੋੜੀ ਸਾਹਿਬ ਦੇ ਨੇੜੇ ਜੀ ਹਾਂ ਹਾਂ ਤੇ ਤੁਸੀਂ ਫਿਰ ਇਕੱਲੇ ਜਾਂਦੇ ਸੋ ਕਿ ਆ ਆਪਣੇ ਸਿੱਖ ਨਹੀਂ ਯਾਰ ਬਾਜ ਨਾਲ ਹੁੰਦੇ ਹਾਂ ਜੀ ਸਿੱਖਾਂ ਯਾਰਾਂ ਨਾਲ ਜਾਂਦੇ ਕਿਹੜਾ ਯਾਰ ਸੀ ਤੁਹਾਡਾ ਜਿਹਦੇ ਨਾਲ ਜਾਂਦੇ ਸੋ ਮੁਸਲਮਾਨ ਭਰਾ ਵੀ ਹਾਂ ਜੀ ਯਾਰ ਜੀ ਅੱਛਾ ਮੁਸਲਮਾਨ ਭਰਾ ਵੀ ਹੋ ਗਏ ਸਿੱਖ ਵੀ ਹੋ ਗਏ ਹਾਂ ਤੇ ਉੱਥੇ ਜਾ ਕੇ ਫਿਰ ਤੁਸੀਂ ਕੀ ਖਾਂਦੇ ਪੀਂਦੇ ਕੀ ਸੋ ਖਾਂਦੇ ਵੀ ਆ ਜਾ ਕੇ ਅੱਜ یہ تو اتے چلیے پیجو بھی اپیا کھانیاں جے تو پیہن موندنا کھنا محسول ہے چلیے گھر لے چلیے اما ابے واسطے ہاں ایک روپےیا ملدا ہندا سی ملدا کی سی او تو ایسا کتے پیسہ کتے پئییا بھی بڑا سی نا جودا ہاں پئییا ہی ملدا سی ایک پئیے چوں بھی پیسے بچ جاندے تے تے چھایا مار دے جانا اچھا ٹر دے جاندے سو ہو جی کتنا فاصلہ ایتھوں تہاڈے صفر ہے جی کوئی 8 9 میل اچھا اچھا بزرگو یہ دسو جی ਇਸ ਪਿੰਡ ਦੇ ਸਿੱਖ ਜਾਂ ਹਿੰਦੂ ਜੱਟ ਹਾਂਜੀ ਉਹ ਜਦੋਂ ਇੱਥੇ ਰਹਿੰਦੇ ਸਨ ਜੀ ਇਹ 47 ਤੋਂ ਪਹਿਲਾਂ ਜੀ ਉਹਨਾਂ ਦੀ ਮੁਸਲਮਾਨਾਂ ਨਾਲ ਵਰਤੋਂ ਕਿਸ ਤਰ੍ਹਾਂ ਦੀ ਸੀ ਬਸ ਉਹ ਇਹ ਸੇ ਇਹ ਪਿੰਡਾਂ ਵਿੱਚ ਵਸਦੇ ਆ ਅੱਛਾ ਪਿੰਡਾਂ ਵਿੱਚ ਵਸਦੇ ਆ ਇੱਕ ਦੂਜੇ ਨਾਲ ਸਲਾਮ ਜੋ ਹੈ ਸੀ ਇੱਕ ਦੂਜੇ ਦਾ ਲਿਹਾਜ਼ ਹੈ ਸੀ ਹਾਂਜੀ ਇੱਕ ਦੂਜੇ ਦੀ ਸ਼ਰਮ ਹੈ ਆਇਆ ਹੈ ਕੋਈ ਬੜੀ ਮਰਨ ਜਿਉਂ ਬੰਦਾ ਬੰਦਾ ਜੀ ਨਗੇ ਜੇ ਤੇ ਤੇਜ਼ ਆ ਕੇ ਫਿਰ ਇਹਨਾਂ ਨੇ ਹਣ ਫਿਰ ਦਿੰਦੇ ਇੱਥੇ ਤੁਹਾਡੇ ਪਿੰਡ ਚ ਆ ਭਾਈ ਕੋਈ ਬੰਦਾ ਵੀ ਹੋਵੇ ਅੱਛਾ ਅੱਛਾ ਮੁਸਲਮਾਨ ਹੋਵੇ ਭਾਈ ਜੂ ਹੋਵੇ ਅੱਛਾ ਅੱਛਾ ਬੋਦੇ ਮਿਲ ਹਰਦੇ ਹਨ ਅੱਛਾ ਅੱਛਾ ਕਿ ਸਾਡੇ ਪਿੰਡ ਚ ਇੰਜ ਬੋਦੇ ਖੋਲ ਕੇ ਨਹੀਂ ਫਿਰਨਾ ਅੱਛਾ ਇਹ ਮਰਨ ਜੀਵਨ ਚ ਇੱਕ ਦੂਜੇ ਦੀ ਖੁਸ਼ੀ ਕਮੀ ਚ ਵੀ ਜਾਂਦੇ ਸਾਂ ਇਕੱਠੇ ਹੁੰਦੇ ਹਨ ਤੇ ਜਦੋਂ ਕੋਈ ਉਹਨਾਂ ਦਾ ਦਿਨ ਹੁੰਦਾ ਸੀ ਉਹ ਤੁਹਾਨੂੰ ਕੁਝ ਖਾਣ ਪੀਣ ਵਾਸਤੇ ਦਿੰਦੇ ਹਨ ਤੁਹਾਡੇ ਯਾਰ ਨਹੀਂ ਨਹੀਂ ਤੇ ਤੁਹਾਡੇ ਜਦੋਂ Eid-sheed ਹੁੰਦੀ ਸੀ ਤੇ ਤੁਸੀਂ ਉਹਨਾਂ ਨੂੰ ਕੁਝ ਖਾਣ ਪੀਣ ਵਾਸਤੇ ਦਿੰਦੇ ਹੋ ਉਹ ਜੀ ਅੱਗੋ ਸੀ ਜੀ ਆ ਜਾ ਕੋਈ ਪਾਣੀ ਦਾ ਕੋਸ਼ੀ ਜੀ ਜੀ ਹਾਂ ਤੇ ਉਹ ਲੈ ਲੈਂਦੇ ਸਨ ਦੇ ਦਿੰਦੇ ਸਨ ਖਾ ਲੈਂਦੇ ਸਨ ਅੱਛਾ ਤੁਹਾਨੂੰ ਅਸੀਂ ਤੁਹਾਡੇ ਕੋਲੋਂ ਉਹ ਗੱਲਾਂ ਪੁੱਛਣਿਆ ਪਏ ਜੀ ਜਿਹੜੀਆਂ ਅੱਜ ਬਜ਼ੁਰਗਾਂ ਨੂੰ ਲੋਕ ਕਹਿੰਦੇ ਨੇ ਬਾਬੇ ਨਾਲ ਕੀ ਗੱਲ ਕਰਨੀ ਉਹ ਠੀਕ ਹੈ ਜੀ ਲੇਕਿਨ ਅਸੀਂ ਤੁਹਾਨੂੰ ਉਸ ਦੌਰ ਦੀਆਂ ਪਿਆਰ ਦੀਆਂ ਤੇ ਮੁਹੱਬਤ ਦੀਆਂ ਗੱਲਾਂ ਪੁੱਛਣੀਆਂ। ਸ਼ਾਬਾਸ਼। ਉਦੋਂ ਤੁਹਾਡਾ ਜਿਹੜੇ ਮੁੰਡੇ ਤੁਹਾਡੇ ਆਣਦੇ ਸਨ ਜੀ ਸਿੱਖਾਂ ਹਿੰਦੂਆਂ ਚੋਂ। ਹਾਂ ਜੀ। ਜਾਂ ਤੁਹਾਡੇ ਘਰ ਦਾ ਜੀ ਸੋਖਾ ਪਿਆਰ ਕਿਹਦੇ ਨਾਲ ਸੀ? ਹਿੰਦੂਆਂ ਸਿੱਖਾਂ ਚੋਂ। ਪਿਆਰ ਜੀ ਆ ਜਾਗੇ ਜਿਆਦਾਤਰ ਤੇ ਗਵਾਂਡੀਆਂ ਨਹੀਂ ਹੁੰਦਾ ਸੀ। ਜੀ ਠੀਕ ਹੈ। ਹਾਂ ਤੁਹਾਡੇ ਗਵਾਂਢੀ ਕੌਣ ਸਨ? ਤੁਹਾਡੇ ਕੋਲ ਹੀ ਬਾਬਾ ਜਲਾ ਬਾਬਾ ਰਾ ਉਹਦੇ ਉਹਦੇ ਚਾਰ ਪੁੱਤ ਸਨ ਜੀ ਹਾਂ ਦੱਸੋ ਨਾਮ ਯਾਦ ਜੇ ਉਹਨਾਂ ਦੇ ਹਾਂ ਉਹਨਾਂ ਦੇ ਨਾਮ ਯਾਦ ਜੇ ਅਸਨਤਾ ਅੱਛਾ ਸੰਤਾ ਜਵਾਨ ਅੱਛਾ ਇਹ ਸਾਰੇ ਕਿ ਚਾਰ ਨਾਂ ਇਹ ਬਿਲਕੁਲ ਤੁਹਾਡੇ ਆਣਦੇ ਸਨ ਹਾਂਜੀ ਤੁਹਾਡੇ ਘਰ ਦੇ ਨਾਲ ਇਹਨਾਂ ਦਾ ਘਰ ਸੀ ਨੇੜੇ ਸੀ ਜੀ ਨੇੜੇ ਸੀ ਅੱਛਾ ਇਹ ਸਾਰੇ ਲੋਕ ਇਕੱਠੇ ਰਹਿੰਦੇ ਸਨ ਇਹਨਾਂ ਦਾ ਪਿਆਰ ਮੁਹੱਬਤ ਵੀ ਸੀ ਵਰਤੋਂ ਵੀ ਸੀ

ਕੱਠੇ ਗਏ ਕੋਈ 2-4 ਘਰ ਬਾਅਦ ਗਏ ਹਨ ਇਹ ਇਕੱਠੇ ਗਏ ਕੱਠੇ ਗਏ ਤੇ ਆਪਣਾ ਮਕਾਨ ਜਿਹੜੇ ਨੇ ਤੇ ਜਿਹੜਾ ਇਹਨਾਂ ਦਾ ਡੰਗਰ ਪਸ਼ੂ ਸਨ ਉਹ ਫਿਰ ਕਿਸੇ ਦੇ سپਰਦ ਕਰ ਗਏ ਉਹ ਜੀ ਦੋ ਘਰ ਸਾਹਮਣੇ ਸੂ ਸਾਹਮਣੇ ਨਹੀਂ ਕਿਸੇ ਨੂੰ ਸੰਭਾਲ ਗਏ ਹਨ ਕਿ ਬਾਅਦ ਚ ਲੋਕਾਂ ਸਾਹਮਣੇ ਹਾਂ ਕਿਸੇ ਨੇ ਸੰਭਾਲੇ ਉਹ ਬਾਅਦ ਚ ਸਾਹਮਣੇ ਮਕਾਨਾਂ ਨੂੰ ਜੰਦਰੇ ਤਾਲੇ ਨਹੀਂ ਉਹਨਾਂ ਲਾਏ ਉਹ ਨਾ ਕੋਈ ਨਾ ਜਦੋਂ ਇੱਥੋਂ ਗਏ ਨੇ ਸਾਰੇ ਇਕੱਠੇ ਹੋ ਕੇ ਤੁਹਾਨੂੰ ਲੋਕਾਂ ਨੂੰ ਇੱਥੋਂ ਦੇ ਲੋਕਾਂ ਨੂੰ ਮਿਲ ਕੇ ਗਏ ਨੇ ਹਾਂ ਮਿਲ ਕੇ ਗਏ ਨੇ ਮਿਲ ਕੇ ਗਏ ਨੇ ਮਿਲ ਕੇ ਗਏ ਨੇ ਜੀ ਜੀ ਤੁਹਾਨੂੰ ਤੁਹਾਡੇ ਯਾਰ ਵੀ ਮਿਲਣ ਸਾਰੇ ਮਿਲ ਕੇ ਗਈ ਜਿੱਗੇ ਨਹੀਂ ਇਹ ਫਿਰ ਕਿੱਧਰ ਗਏ ਇਹ ਜੀ ਇਸ ਨੂੰ ਮੋਹਲਾ ਨੂੰ ਗਏ ਬਡਾਲੇ ਨੂੰ ਅੱਛਾ ਇਹਨਾਂ ਦਾ ਕੋਈ ਹਮਲਾ ਸ਼ਮਲਾ ਤੇ ਨਹੀਂ ਹੋਇਆ ਇਹਨਾਂ ਦੀ ਕੋਈ ਉਹ ਉਸ ਟਾਈਮ ਵੀ ਨਹੀਂ ਆਇਆ ਇੱਥੇ ਹਾਂ ਨਹੀਂ ਕੋਈ ਸੁਣਿਆ ਜੀ ਅੱਛਾ ਤੇ ਬਜ਼ੁਰਗੋ ਇਹ ਅੱਗੇ ਜਾ ਕੇ ਕੋਈ ਆ ਗਏ ਹਾਂ ਉਹ ਤੇ ਬੱਕਰੇ ਤੁਹਾਨੂੰ ਆਪਣੇ ਦੋਸਤਾਂ ਚੋਂ ਜੀ ਉਸ ਜ਼ਮਾਨੇ ਦੇ ਦੋਸ ਜਿਹੜੇ ਕਲਾਸ ਫੈਲੋਸ ਹਨ ਜਾਂ ਜਿਨ੍ਹਾਂ ਨਾਲ ਖੇਡਦੇ ਸੋ ਜੀ ਕੋਈ ਯਾਦ ਆਉਂਦਾ ਕਦੀ ਕਦੀ ਆ ਜਾਂਦਾ ਯਾਦ ਆਖਰ ਵਸੇ ਰਸੇ ਉਹ ਕੱਠੇ ਆ ਇਹ ਬੇਕਾਰ ਹੀ ਜੇ ਕਰਤਾਰ ਸੀ ਅਸਾਂ ਕਹਿੰਦੇ ਉਹ ਇਹ ਇਹ ਇੰਤਵਾਇ ਪੁੱਛਸਣ ਆ ਇਹ ਯਾਦ ਆ ਜਾਂਦੇ ਨੇ ਇਹਨਾਂ ਨੂੰ ਕਦੀ ਕਦੀ ਤੁਸੀਂ ਯਾਦ ਕਰ ਲਿੰਦੇ ਹੋ ਵੇਖੋ ਨਾ ਸਮਾਂ ਬਚਪਨ ਦਾ ਜਵਾਨੀ ਦਾ ਉਹਦੇ ਤੇ ਇੱਕ ਦੂਜੇ ਨਾਲ ਕਰੋਧ ਹੀ ਨਹੀਂ ਹੁੰਦਾ ਤੇ ਉਹਦੇ ਤਹਿਤ ਯਾਦ ਕਰ ਲਿੰਦੇ ਹੋ ते तो आनु को और गल याद हो पिंड कोई वाक्य ऐसा हो जब ना भुल आए सिखा मुसलमान का आपस नहीं नहीं बड़ी मेहरबानी बुजुर्गो बहुत मेहरबानी सड़िया अच्छी गलत दसिया ने इस पिंड के बारे बहुत अच्छा दसिया अल्लाह तौन तो जिंदगी तंदुरुस्ती